ਬਾਲੀਵੁੱਡ ਐਕਟਰ ਸਾਹਿਲ ਖਾਨ ਦੀਆਂ ਵਧੀਆਂ ਮੁਸ਼ਕਿਲਾਂ। ਸੱਟੇਬਾਜ਼ੀ ਐਪ ਮਾਮਲੇ 'ਚ ਮੁੰਬਈ ਪੁਲਿਸ ਨੇ ਐਕਟਰ ਨੂੰ ਕੀਤਾ ਗ੍ਰਿਫਤਾਰ। ਬਾਲੀਵੁੱਡ ਐਕਟਰ ਸਾਹਿਲ ਖਾਨ ਦੀਆਂ ਮੁਸੀਬਤਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਦਰਅਸਲ ਉਹਨਾਂ ਨੂੰ ਮੁੰਬਈ ਪੁਲਿਸ ਦੀ SIT ਨੇ ਹਿਰਾਸਤ ਦੇ ਵਿੱਚ ਲੈ ਲਿਆ। ਦੱਸ ਦਈਏ ਕਿ ਮਾਮਲਾ ਸੱਟੇਬਾਜ਼ੀ ਐਪ ਦੇ ਨਾਲ ਜੁੜਿਆ ਹੋਇਆ, ਜਿਸ ਦੇ ਚੱਲਦਿਆਂ ਪਹਿਲਾਂ ਤਾਂ ਐਕਟਰ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਸੀ। ਅਦਾਕਾਰ ਨੇ ਜ਼ਮਾਨਤ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ, ਪਰ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ। ਹੁਣ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਕਈ ਅਦਾਕਾਰਾਂ ਦੇ ਨਾਮ ਸਾਹਮਣੇ ਆਏ ਨੇ। ਹੁਣ ਇਸ ਲਿਸਟ 'ਚ ਸਾਹਿਲ ਖਾਨ ਦਾ ਨਾਮ ਵੀ ਜੁੜ ਚੁੱਕਿਆ। ਐਕਟਰ ਨੂੰ ਛੱਤੀਸਗੜ੍ਹ ਤੋਂ ਹਿਰਾਸਤ 'ਚ ਲਿਆ ਗਿਆ, ਜਿੱਥੇ ਉਸਨੂੰ ਮੁੰਬਈ ਪੁਲਿਸ ਵੱਲੋਂ ਜੋ ਆ ਮੁੰਬਈ ਲਿਆਂਦਾ ਗਿਆ। ਉਹ ਲੋਟਸ ਬੁੱਕ 24/7 ਨਾਮਕ ਇੱਕ ਸੱਟੇਬਾਜ਼ੀ ਐਪ ਵੈਬਸਾਈਟ ਵਿੱਚ ਇੱਕ ਹਿੱਸੇਦਾਰ ਸੀ, ਜੋ ਕਿ ਮਹਾਦੇਵ ਸੱਟੇਬਾਜ਼ੀ ਐਪ ਨੈਟਵਰਕ ਦਾ ਹਿੱਸਾ ਹੈ। ਦੱਸ ਦੇ ਕਿ ਐਕਟਰ ਨੇ ਲਾਈਨ ਬੁੱਕ ਐਪ ਨੂੰ ਪ੍ਰਮੋਟ ਕਰਨ ਅਤੇ ਇਸ ਦੇ ਉੱਤੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੇ ਉਹਨਾਂ ਉੱਤੇ ਦੋਸ਼ ਲੱਗੇ ਨੇ। ਲਾਈਨ ਬੁੱਕ ਨੂੰ ਪ੍ਰਮੋਟ ਕਰਨ ਤੋਂ ਬਾਅਦ ਉਸਨੇ ਇੱਕ ਸਾਥੀ ਵਜੋਂ ਲੋਟਸ ਬੁੱਕ 24/7 ਐਪ ਲਾਂਚ ਕੀਤਾ ਸੀ। ਸਾਹਿਲ ਨੇ ਐਪ ਨੂੰ ਪ੍ਰਮੋਟ ਕਰਨ ਲਈ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ ਹੈ। ਉਹ ਮਸ਼ਹੂਰ ਹਸਤੀਆਂ ਨੂੰ ਬੁਲਾਉਂਦੇ ਸਨ ਅਤੇ ਸ਼ਾਨਦਾਰ ਪਾਰਟੀਆਂ ਦਾ ਆਯੋਜਨ ਕਰਦੇ ਸਨ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਲਦ ਹੀ ਪੁਲਿਸ ਇਸ ਮਾਮਲੇ 'ਚ ਹੋਰ ਵੀ ਕਈ ਅਹਿਮ ਪਹਿਲੂਆਂ ਨੂੰ ਸਾਹਮਣੇ ਲਿਆ ਸਕਦੀ ਹੈ। ਤਾਂ ਕੌਣ ਨੇ ਸਾਹਿਲ ਖਾਨ, ਇਸ ਦੇ ਬਾਰੇ ਵੀ ਜਾਣਕਾਰੀ ਦੇ ਦਿੰਦੇ ਹਾਂ। ਅਦਾਕਾਰ ਸਾਹਿਲ ਖਾਨ ਆਪਣੀ ਫਿਟਨੈਸ ਦੇ ਲਈ ਜਾਣੇ ਜਾਂਦੇ ਨੇ। ਉਸਨੇ ਐਕਸਕਿਊਜ਼ ਮੀ ਅਤੇ ਸਟਾਈਲ ਵਰਗੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ, ਜੋ ਕਿ ਉਸ ਟਾਈਮ ਦੇ ਵਿੱਚ ਠੀਕ ਠਾਕ ਹੀ ਕੰਮ ਕਰ ਸਕੀਆਂ ਸੀ। ਇਸ ਤੋਂ ਬਾਅਦ ਉਹਨਾਂ ਨੇ ਇੰਡਸਟਰੀ ਨੂੰ ਛੱਡ ਦਿੱਤਾ ਸੀ। ਫਿਰ ਉਹ ਫਿਟਨੈਸ ਦੀ ਦੁਨੀਆ 'ਚ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ ਸੀ। ਉਹ ਆਪਣੀ ਫਿਟਨੈਸ ਕਰਕੇ ਕਾਫ਼ੀ ਜ਼ਿਆਦਾ ਲੋਕਾਂ ਦੇ ਪਸੰਦੀਦਾ ਬਣ ਗਏ। ਇੱਕ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਫੋਲੋ ਕੀਤਾ ਜਾਂਦਾ। ਇਸ ਤੋਂ ਇਲਾਵਾ ਸਾਹਿਲ ਡਿਵਾਈਨ ਨਿਊਟ੍ਰੀਸ਼ਨ ਨਾਮ ਦੀ ਕੰਪਨੀ ਵੀ ਇਹਨਾਂ ਦੇ ਵੱਲੋਂ ਚਲਾਈ ਜਾਂਦੀ ਹੈ, ਜੋ ਕਿ ਫਿਟਨੈਸ ਸਪਲੀਮੈਂਟ ਵੇਚਦੀ ਆ। ਸਾਹਿਲ ਨੇ ਕਿਹਾ ਕਿ ਉਹ ਪ੍ਰਤਿਭਾਸ਼ਾਲੀ ਹੈ, ਪਰ ਫਿਲਮਾਂ 'ਚ ਉਸਦੀ ਪ੍ਰਤਿਭਾ ਦਾ ਸਹੀ ਇਸਤੇਮਾਲ ਨਹੀਂ ਕੀਤਾ ਗਿਆ, ਇਸ ਕਰਕੇ ਸਾਹਿਲ ਖਾਨ ਦੇ ਵੱਲੋਂ ਬਿਜ਼ਨਸਮੈਨ ਬਣਨ ਦਾ ਸੋਚਿਆ ਗਿਆ। ਤਾਂ ਇਸ ਤੋਂ ਇਲਾਵਾ ਦੱਸ ਦਈਏ ਕਿ ਉਹਨਾਂ ਦੇ ਦੁਬਈ ਦੇ ਵਿੱਚ ਵੀ ਕਾਫੀ ਸਾਰੇ ਰੈਸਟੋਰੈਂਟ ਨੇ, ਜੋ ਕਿ ਇਲੂਮੀਨਾਤੀ ਕਰਕੇ ਕਾਫੀ ਜ਼ਿਆਦਾ ਫੇਮਸ ਨੇ।